ਬੀਬੀ ਸੁਰਜੀਤ ਕੌਰ ਵਾਪਸ ਅਕਾਲੀ ਦਲ ਦੇ ਵਿੱਚ ਆ ਗਏ ਨੇ। ਪਹਿਲਾਂ ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ, ਪਰ ਹੁਣ ਵਾਪਸੀ, ਘਰ ਵਾਪਸੀ ਹੋ ਗਈ ਹੈ। ਬੀਬੀ ਜੀ, ਘਰ ਵਾਪਸੀ ਹੋ ਗਈ ਫਿਰ? ਹਾਂਜੀ, ਸਾਡੀ ਤੱਕੜੀ ਨਿਸ਼ਾਨ ਸੀ, ਤੱਕੜੀ ਰਹੇਗਾ ਸੀ। ਆਪਣੇ ਭਾਜੀ ਵਾਪਸ ਆ ਗਏ ਨੇ। ਕੀ ਗੱਲ ਕੀ ਹੋਈ ਅੱਜ ਸਵੇਰੇ ਤੁਸੀਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਜਦੋਂ ਸ਼ਾਮਿਲ ਹੋਏ ਸੀ? ਤੁਸੀਂ ਕਹਿ ਰਹੇ ਸੀ ਕਿ ਮੈਂ ਤਾਂ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆ ਗਈ। ਪਤਾ ਹੀ ਨਹੀਂ ਮੈਨੂੰ ਕੀ ਹੋਇਆ, ਮੈਨੂੰ ਪਤਾ ਹੀ ਨਹੀਂ ਆਪਣੇ ਆਪ ਕੀ ਹੋਇਆ। ਅੱਛਾ, ਤੁਹਾਡੇ ਨਾਲ ਗੱਲ ਕਿਹਨੇ ਕੀਤੀ ਸੀ, ਸੰਪਰਕ ਕਿਹਨੇ ਕੀਤਾ ਸੀ ਤੁਹਾਡੇ ਨਾਲ? ਮੈਨੂੰ ਪਤਾ ਨਹੀਂ ਕਿੱਥੇ ਲੈ ਗਏ ਸੀ, ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਿਆ। ਕੌਣ ਲੈ ਕੇ ਗਿਆ ਸੀ? ਮੀਟਿੰਗ ਤਾਂ ਕਹਿ ਕੇ ਕੋਈ ਲੈ ਗਏ ਸੀਗੇ। ਮੇਰੀ ਸਿਹਤ ਠੀਕ ਨਹੀਂ ਨਾ ਹੈਗੀ, ਮੈਂ ਜਾਣਾ ਘਰ। ਅੱਛਾ, ਹੁਣ ਤੁਸੀਂ ਚੋਣ ਪੂਰੀ ਡਟ ਕੇ ਲੜੋਗੇ? ਹਾਂਜੀ ਹਾਂਜੀ, ਪੂਰੀ। ਅੱਛਾ, ਜੋ ਪੰਥ ਲਈ ਅਸੀਂ ਕੀਤਾ ਉਹੀ ਪੰਥ ਲਈ ਹੁਣ ਫਿਰ ਕਰਾਂਗੇ। ਅੱਛਾ, ਤੁਹਾਨੂੰ ਇੱਕ ਵੀ ਚਿੰਤਾ ਸੀ ਕਿ ਖਰਚਾ ਕਿੱਥੋਂ ਆਏਗਾ, ਜ਼ਿੰਮੇਵਾਰੀ ਇੱਕ ਮਿੰਟ ਕਰਕੇ, ਖਰਚਾ ਕਿੱਥੋਂ ਆਏਗਾ? ਹੁਣ ਬੀਬੀ ਜੀ ਜਗੀਰ ਕੌਰ ਹੁਣੀ ਆਏ ਨੇ, ਵਡਾਲਾ ਸਾਹਿਬ ਆਏ ਨੇ, ਉਹਨਾਂ ਨੇ ਜ਼ਿੰਮੇਵਾਰੀ ਉੱਠ ਲਈ ਹੈ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ? ਉਹਨਾਂ ਨੇ ਪਹਿਲਾਂ ਵੀ ਲਈ ਸੀ ਜ਼ਿੰਮੇਵਾਰੀ, ਹੁਣ ਵੀ ਲਈ ਹੈ। ਤੁਸੀਂ ਆਪਦੇ ਭਾਈਚਾਰੇ ਨੂੰ? ਹਾਂਜੀ ਹਾਂਜੀ, ਆਪਦੇ ਭਾਈਚਾਰੇ ਤੋਂ ਤੁਸੀਂ ਉਹਨਾਂ ਦੀ ਰਾਏ ਲਈ ਸੀ ਸ਼ਾਮਿਲ ਇੱਧਰ ਅਕਾਲੀ ਦਲ ਛੱਡਣ ਤੋਂ ਪਹਿਲਾਂ, ਜਾਂ ਹੁਣ ਉਹਨਾਂ ਦਾ ਕੀ ਰਿਐਕਸ਼ਨ ਸੀ? ਕੋਈ ਗੱਲ ਦਾ ਪਤਾ ਹੀ ਨਹੀਂ ਮੈਨੂੰ, ਕਿਸ ਚੀਜ਼ ਦਾ ਪਤਾ ਨਹੀਂ। ਇਹਨਾਂ ਨੂੰ ਤਾਂ ਮੀਟਿੰਗ ਦਾ ਹੀ ਕਹਿ ਕੇ ਲੈ ਕੇ ਗਏ ਨੇ, ਇਹਨਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਤੁਸੀਂ ਕੀ ਲੱਗਦੇ ਹੋ। ਮੈਂ ਬੇਟੀ ਇਹਨਾਂ ਦੀ। ਅੱਛਾ, ਬੇਟੀ ਹੋ? ਹਾਂਜੀ। ਅੱਛਾ, ਜਦੋਂ ਇਹ ਸ਼ਾਮਿਲ ਹੋਏ ਆਮ ਆਦਮੀ ਪਾਰਟੀ, ਤੁਹਾਨੂੰ ਪਤਾ ਲੱਗ ਗਿਆ ਸੀ? ਹਾਂਜੀ, ਨਿਊਜ਼ 'ਚ ਹੀ ਪਤਾ ਲੱਗਿਆ ਸਾਨੂੰ, ਇਦਾਂ ਨਹੀਂ ਪਤਾ ਸੀ ਵੀ ਕਿਸ ਨਹੀਂ ਆਏ ਤੁਹਾਨੂੰ। ਇਹ ਮੀਟਿੰਗ ਦਾ ਕਹਿ ਕੇ ਗਏ ਸੀ ਬਸ। ਜਦੋਂ ਵਾਪਸ ਆਏ ਤਾਂ ਤੁਹਾਨੂੰ ਝਟਕਾ ਜਾਂ ਨਹੀਂ ਵਜਿਆ ਜਦੋਂ ਆਮ ਆਦਮੀ ਪਾਰਟੀ 'ਚ ਗਏ? ਹਾਂਜੀ, ਬਹੁਤ ਵੱਡਾ ਝਟਕਾ ਵੱਜਿਆ ਭਾਜੀ। ਅੱਛਾ ਬੀਬੀ ਜੀ, ਜਦੋਂ ਤੁਸੀਂ ਪੁਰਾਣਾ ਟਕਸਾਲੀ ਪਰਿਵਾਰ ਅਕਾਲੀ ਦਲ ਦਾ, ਜਦੋਂ ਆਮ ਆਦਮੀ ਪਾਰਟੀ ਦਾ ਉਹ ਗੱਲ ਦੇ ਵਿੱਚ ਜਦੋਂ ਪਾਉਣੇ ਆਪਾਂ ਨਿਸ਼ਾਨ, ਤਾਂ ਉਦੋਂ ਕੀ ਫੀਲ ਆਇਆ ਤੇ ਅਚਾਨਕ ਕਿੱਡਾ ਵੱਡਾ ਪਰਿਵਰਤਨ? ਉਹ ਮੈਨੂੰ ਪਤਾ ਹੀ ਨਹੀਂ, ਉਹਨਾਂ ਨੇ ਜ਼ਬਰਦਸਤੀ ਪਾਇਆ, ਮੈਨੂੰ ਪਤਾ ਹੀ ਲੱਗ ਨਹੀਂ। ਪਰ ਮੁੱਖ ਮੰਤਰੀ ਸਾਹਿਬ ਦੇ ਨਾਲ ਤੁਹਾਡੀ ਤਸਵੀਰ ਸੀ? ਉਹ ਨਹੀਂ ਮੈਨੂੰ ਪਤਾ ਲੱਗਾ, ਮੈਂ ਸਮਝ ਹੀ ਦੇਖੀ ਹੋਈ। ਅੱਛਾ, ਹੁਣ ਅੱਗੇ ਜੀ, ਤਾਂ ਅੱਗੇ ਹੁਣ ਬੀਬੀ ਜੀ ਚੋਣ ਜਿਹੜੀ ਲੜਨੀ ਹੈ, ਤੁਹਾਨੂੰ ਉਮੀਦ ਹੈ ਕਿ ਲੋਕ ਤੁਹਾਡੇ ਨਾਲ ਫਿਰ ਤੋਂ ਸਾਥ ਦੇਣਗੇ? ਹਾਂਜੀ, ਜਿੱਤਾਂਗੇ, ਸਾਨੂੰ ਪੂਰਾ ਵਿਸ਼ਵਾਸ ਹੈ ਜਿੱਤਾਂਗੇ। ਤਾਂ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸ਼ੰਕਾ ਪੈਦਾ ਹੋਈ, ਉਹ ਸ਼ੰਕਾ ਦੂਰ ਕਰ ਲਓਗੇ ਕਿ ਵਾਪਸ ਚਲੇ ਗਏ ਸੀ? ਸਾਡੇ ਕੋਈ ਸ਼ੰਕਾ ਨਹੀਂ ਸੀ, ਸਾਡੇ ਸਾਰਾ ਭਾਈਚਾਰਾ ਇੱਥੇ ਆਇਆ ਹੋਇਆ ਸੀ, ਸਾਡੇ ਨਾਲ ਸੀ ਉਹ। ਤਾਂ ਬੀਬੀ ਸੁਰਜੀਤ ਕੌਰ ਹੋਣੀ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿ ਉਸ ਵੇਲੇ ਕੀ ਹੋਇਆ। ਤਾਂ ਇਹ ਬੇਟੀ ਹੈ ਜੀ ਬੀਬੀ ਸੁਰਜੀਤ ਕੌਰ ਦੀ। ਤਾਂ ਬੀਬੀ ਸੁਰਜੀਤ ਕੌਰ ਹੋਣੀ ਸਵੇਰੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੁੰਦੇ ਨੇ ਉਮੀਦਵਾਰੀ, ਹਾਲਾਂਕਿ ਇਹਨਾਂ ਦੇ ਕੋਲ ਸੀ, ਪਰ ਹੁਣ ਦਿਨ ਛਿਪਿਆ ਤਾਂ ਬੀਬੀ ਜੀ ਵਾਪਸ ਘਰ ਪਰਤ ਆਏ ਨੇ। ਹਾਂ, ਹਾਲਾਂਕਿ ਹੁਣ ਕਹਿ ਰਹੇ ਨੇ ਕਿ ਸਿਹਤ ਠੀਕ ਨਹੀਂ ਹੈ, ਤਾਂ ਕਰਕੇ ਸ਼ਾਇਦ ਬਹੁਤਾ ਗੱਲ ਨਹੀਂ ਕਰ ਰਹੇ, ਪਰ ਜਿਸ ਤਰ੍ਹਾਂ ਦੇ ਹਾਲਾਤ, ਜੋ ਤਸਵੀਰ ਅੱਜ ਬਦਲੀ ਹੈ, ਜੋ ਹਾਲਾਤ ਅੱਜ ਦਿਨ ਭਰ ਦੇ ਵਿੱਚ ਜਲੰਧਰ ਦੀ ਸਿਆਸਤ ਦੇ ਦੇਖਣ ਨੂੰ ਮਿਲੇ ਨੇ, ਲੋਕ ਕਿਤੇ ਨਾ ਕਿਤੇ ਐਸੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ। ਲੋਕਾਂ ਨੂੰ ਇਹ ਲੱਗਦਾ ਹੈ ਕਿ ਲੀਡਰ ਸੋਚ ਕੀ ਰੱਖਦੇ ਨੇ, ਜਾਂ ਲੀਡਰਾਂ ਦੀ ਜਿਹੜੀ ਸਿਆਸਤ ਆ ਉਹ ਜਾ ਕੇ ਦਰ ਰਹੀ ਆ। ਇੱਕ ਦਿਨ ਦੇ ਵਿੱਚ ਦੋ ਪਾਰਟੀਆਂ ਜਾਂ ਕਹਿ ਲਈਏ ਤੇ ਤਿੰਨ ਬਦਲਾਵ ਆ ਗਏ, ਸਵੇਰੇ ਅਕਾਲੀ ਦਲ, ਦੁਪਹਿਰੇ ਆਮ ਆਦਮੀ, ਤਾਂ ਦਿਨ ਛਿਪੇ ਫਿਰ ਅਕਾਲੀ ਦਲ। ਖੈਰ, ਸਿਆਸਤ ਦੇ ਵਿੱਚ ਸਭ ਜਾਇਜ਼ ਆ। ਤਾਂ ਇਹ ਜਲੰਧਰ ਪੱਛਮੀ ਉਪ ਚੋਣ ਦੀ ਸਿਆਸਤ ਹੈ, ਦੇਖਦੇ ਹਾਂ, ਹਲੇ ਦਿਨ ਹੋਰ ਵੀ ਬਾਕੀ ਨੇ।